ਅੱਜ ਦੇਸ਼ ਭਰ 'ਚ ਸਿੱਖਾਂ ਦੇ 10ਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਨ ਕੀਤਾ ਅਤੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਮੌਕੇ ਨਮਨ ਕਰਦਾ ਅਤੇ ਉਹਨਾਂ ਦਾ ਜੀਵਨ ਇੱਕ ਨਿਰਪੱਖ ਅਤੇ ਸਮਿਲਤ ਸਮਾਜ ਦੀ ਸਿਰਜਣਾ ਲਈ ਸਮਰਪਿਤ ਸੀ। ਆਪਣੇ ਸਿਧਾਂਤਾਂ ਪ੍ਰਤੀ ਉਹ ਹਮੇਸ਼ਾ ਦ੍ਰਿੜ ਰਹੇ। ਅਸੀਂ ਉਹਨਾਂ ਦੇ ਸਾਹਸ ਅਤੇ ਬਲੀਦਾਨ ਨੂੰ ਵੀ ਯਾਦ ਕਰਦੇ ਹਾਂ। PM ਮੋਦੀ ਨੇ ਅੱਗੇ ਇਹ ਵੀ ਕਿਹਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਹਨਾਂ ਤੇ ਵਿਸ਼ੇਸ਼ ਕਿਰਪਾ ਰਹੀ ਕਿਉਂਕਿ ਉਹਨਾਂ ਨੇ ਉਹਨਾਂ ਦੇ 355ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਮੌਕਾ ਉਹਨਾਂ ਦੇ ਕਾਰਜਕਾਲ 'ਚ ਆਇਆ। इसी दिन श्री गुरु गोबिंद सिंह जी के 355वें प्रकाश पुरब मौके साल 2017 च पटना साहिब आयोजित समारोह को याद करते हुए PM मोदी ने कहा है कि उन्होंने उत्थे गुरु साहिबान को श्रद्धांजलि देने का मौका मिला सी। देश दुनिया की हर खबर ते नज़र रखने के लिए हुण साडा डेली इंटरनेशनल एडिशन पढ़ने के लिए लॉग इन करो साडी वैबसाइट ते www.apnapunjabmedia.com ते इस दे नाल ही तुसी इत्थे साडा डेली ई पेपर भी पढ़ सकते हो ते जल्द ही विजिट करो साडी वैबसाइट ते।